ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਨਾਗਰਿਕ ਨੰਬਰ 236। ਗੁਆਂਢੀਆਂ ਵਿੱਚੋਂ ਅਜੇ ਕੋਈ ਵੀ ਤਿਆਰ ਨਹੀਂ ਸੀ ਹੋਇਆ। ਸੱਦਾ ਪੱਤਰ ਉੱਤੇ ਸਮਾਂ 7 ਵਜੇ ਦਾ ਦਿੱਤਾ ਹੋਇਆ ਸੀ। 7 ਵਜਣ 'ਚ 5 ਮਿੰਟ ਰਹਿ ਗਏ ਸਨ ਤਾਂ ਮੈਂ ਇਹਨਾਂ ਸਭਨਾਂ ਦੇ ਘਰ ਇੱਕ ਚੱਕਰ ਲਾ ਆਇਆ ਸੀ। ਗਲੀ ਮੁਹੱਲੇ ਦੀ ਵਿਆਹ ਸ਼ਾਦੀ 'ਚ ਅਸੀਂ ਆਮ ਕਰਕੇ ਇਕੱਠੇ ਹੀ ਜਾਂਦੇ ਹਾਂ। ਓਪਰਿਆਂ ਦੀ ਭੀੜ 'ਚ ਇਕੱਲੇ ਜਾਂਦੇ ਹਾਂ ਤਾਂ ਉਂਝ ਹੀ ਬੜਾ ਅਜੀਬ ਲੱਗਦਾ। ਪਹਿਲਾਂ ਮੇਲੇ 'ਚ ਗੁਆਚਿਆਂ ਵਾਂਗ ਜਾਓ, ਫਿਰ ਕੋਈ ਵਾਕਫ ਲੱਭ ਕੇ ਉਸ ਕੋਲ ਖਲੋਵੋ। ਪਰ ਇਹਨਾਂ ਸਾਰਿਆਂ ਦਾ ਇੱਕੋ ਹੀ ਉੱਤਰ ਸੀ, ਚੱਲਦੇ ਹਾਂ ਬਸ 15-20 ਮਿੰਟ ਹੋਰ। ਸ਼ਰਮਾ ਜੀ ਤਾਂ ਅਜੇ ਨਹਾਉਣ ਦੀ ਤਿਆਰੀ ਕਰ ਰਹੇ ਸਨ। ਬੋਲੇ, ਤੁਹਾਨੂੰ ਪਤਾ ਹੈ ਮੈਂ ਤਾਂ ਨਹਾ ਕੇ ਕੱਪੜੇ ਬਦਲਦਾ, ਸਾਡੀ ਪੰਡਿਤਾਂ ਦੀ ਪਰੰਪਰਾ ਜੋ ਹੋਈ। ਪਰ ਸ਼ਰਮਾ ਜੀ, ਮਲਿਕ ਨੇ ਕਾਰਡ ਉੱਤੇ 7 ਵਜੇ ਦਾ ਸਮਾਂ ਤੁਹਾਡੇ ਇਸ਼ਨਾਨ ਦਾ ਨਹੀਂ ਛਾਪਿਆ, ਉੱਥੇ ਪਹੁੰਚਣ ਦਾ ਛਾਪਿਆ। ਮੈਂ ਟਕੋਰ ਕੀਤੀ। ਸ਼ਰਮਾ ਜੀ ਉੱਚੀ ਉੱਚੀ ਹੱਸ ਪਏ, ਫਿਰ ਹਾਸਾ ਰੋਕ ਕੇ ਬੋਲੇ, ਚੱਡਾ ਸਾਹਿਬ, ਟਾਈਮ ਦਾ ਧਿਆਨ ਰੱਖਣ ਦੀ ਤੁਹਾਨੂੰ ਕੁਝ ਬਹੁਤੀ ਆਦਤ। ਉਹ ਸ਼ਾਇਦ ਬਿਮਾਰੀ ਕਹਿਣਾ ਚਾਹੁੰਦੇ ਸੀ, ਸੋਚ ਸੋਚ ਕੇ ਆਦਤ ਆ ਗਈ। ਫਿਰ ਬੜੀ ਸਹਿਜਤਾ ਨਾਲ ਇੱਕ ਚੁਟਕੀ ਮਾਰ ਕੇ ਬੋਲੇ, ਬਸ ਮੈਂ ਇੰਝ ਨਹਾਤਾ, ਅਤੇ ਦੂਜੀ ਚੁਟਕੀ ਮਾਰ ਕੇ ਬੋਲੇ, ਅਤੇ ਇੰਝ ਤਿਆਰ ਹੋਇਆ। ਮੈਂ ਵੀ 2 ਚੁਟਕੀਆਂ ਮਾਰ ਕੇ ਆਖਿਆ, ਜਦੋਂ ਤੁਹਾਡੀਆਂ ਦੋਵੇਂ ਚੁਟਕੀਆਂ ਵੱਜ ਜਾਣ ਮੈਨੂੰ ਘਰੋਂ ਆਵਾਜ਼ ਦੇ ਦੇਣਾ। ਅਰੋੜਾ ਜੀ ਅਤੇ ਗੋਇਲ ਸਾਹਿਬ ਵੀ ਅਜੇ ਚੁਟਕੀਆਂ ਹੀ ਵਜਾ ਰਹੇ ਨੇ, ਉਹਨਾਂ ਨੂੰ ਵੀ ਬੁਲਾ ਲਿਆਉਣਾ। ਬਸ ਹੁਣ ਕੱਢ ਲਿਆਉਣਾ ਸਾਰਿਆਂ ਨੂੰ, ਉਹ ਤੌਲੀਆ ਚੁੱਕਦੇ ਹੋਏ ਬੋਲੇ। ਜਾਂਦੇ ਜਾਂਦੇ ਆਪਣੇ ਮਨ ਅੰਦਰਲੀ ਗੱਲ ਪੂਰੀ ਕਰ ਗਏ। 7 ਵਜੇ ਦਾ ਟਾਈਮ ਦਿੱਤਾ ਹੋਵੇ, 8 ਤਾਂ ਵੱਜ ਹੀ ਜਾਂਦੇ ਨੇ, ਨਾਲੇ ਡਿਨਰ ਤਾਂ ਕਿਤੇ 9 ਵਜੇ ਜਾ ਕੇ ਸਰਵ ਹੋਣਾ ਹੁੰਦਾ। ਸਗੋਂ ਜਨਾਨੀਆਂ ਨੂੰ ਜਾਣ ਦਿਓ ਪਹਿਲਾਂ, ਨਾਲੇ ਸ਼ਗਨ ਦੇ ਦਵਾ ਲੈਣਗੀਆਂ, ਨਾਲੇ ਚਾਟ ਪਾਪੜੀ ਖਾ ਲੈਣਗੀਆਂ। ਚੱਡਾ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਅਰਜ਼ ਕੀਤੀ ਹੈ, ਟਾਈਮ ਟੂਮ ਬਾਰੇ ਈਜ਼ੀ ਮੂਡ 'ਚ ਰਿਹਾ ਕਰੋ। ਸ਼ਰਮਾ ਜੀ, ਅਰਜ਼ ਤਾਂ ਮੈਂ ਵੀ ਤੁਹਾਨੂੰ ਕਈ ਵਾਰ ਕੀਤੀ ਹੈ, ਟਾਈਮ ਟੂਮ ਦਾ ਖਿਆਲ ਰੱਖਿਆ ਕਰੋ। ਮੈਂ ਉਹਨਾਂ ਕੋਲੋਂ ਤੁਰਦਿਆਂ ਗਿਆ। ਘਰ ਮੁੜਦਿਆਂ ਮੇਰੇ ਉਹ ਘਟਨਾ ਯਾਦ ਆ ਰਹੀ ਸੀ ਜਦੋਂ ਮੈਨੂੰ ਅਧਿਆਪਕਾਂ ਦੇ ਇੱਕ ਸੈਮੀਨਾਰ 'ਚ ਬੋਲਣ ਲਈ ਬੁਲਾਇਆ ਗਿਆ ਸੀ। ਉਸ ਦਿਨ ਪਹਿਲਾ ਭਾਸ਼ਣ ਮੇਰਾ ਹੀ ਹੋਣਾ ਸੀ। ਨਿਸ਼ਚਿਤ ਸਮੇਂ ਉੱਤੇ ਉੱਥੇ 5-7 ਅਧਿਆਪਕਾਂ ਤੋਂ ਬਿਨਾਂ ਨਾ ਕੋਈ ਸਰੋਤੇ ਆਏ ਸੀ, ਨਾ ਹੀ ਪ੍ਰਬੰਧਕ। ਮੈਂ ਆਪਣੀ ਜਾਣਕਾਰੀ ਆਪੇ ਦੇ ਕੇ ਬੋਲਣਾ ਸ਼ੁਰੂ ਕਰ ਦਿੱਤਾ ਸੀ। 1-1, 2-2 ਕਰਕੇ ਅਧਿਆਪਕ ਆਉਂਦੇ ਗਏ, ਬੈਠਦੇ ਗਏ। ਮੈਂ ਭਾਸ਼ਣ ਦੇ ਅੱਧ ਵਿਚਕਾਰ ਸੀ ਜਦੋਂ ਹਫਦੇ ਹੋਏ ਪ੍ਰਬੰਧਕਾਂ ਨੇ ਹਾਲ 'ਚ ਪ੍ਰਵੇਸ਼ ਕੀਤਾ। ਉਹਨਾਂ ਵੱਲ ਕੋਈ ਧਿਆਨ ਦਿੱਤੇ ਬਿਨਾਂ ਆਪਣੇ ਢੰਗ ਨਾਲ ਆਪਣਾ ਭਾਸ਼ਣ ਖਤਮ ਕਰਕੇ ਮੈਂ ਕੁਰਸੀ 'ਤੇ ਬੈਠਾ ਤਾਂ ਇੱਕ ਅਧਿਕਾਰੀ ਨੇ ਮੇਰੇ ਕੰਨ 'ਚ ਗਿਆ, ਆਪ ਜੀ ਕੁਝ ਪਹਿਲਾਂ ਹੀ ਆ ਗਏ। ਨਹੀਂ, ਮੈਂ ਤਾਂ ਠੀਕ 10 ਵਜੇ ਆਇਆ ਸੀ, ਮੈਂ ਉਹਨੂੰ ਦੱਸਿਆ। ਉਹ ਕੱਚੀ ਜਿਹੀ ਹਾਸੀ ਹੱਸਿਆ, 10 ਦੇ 10:30 ਤਾਂ ਹੋ ਹੀ ਜਾਂਦੇ ਨੇ। ਫਿਰ ਉਹਨੇ ਆਪਣੀ ਹੋਰ ਪਰੇਸ਼ਾਨੀ ਦੱਸੀ, ਅਸੀਂ ਤਾਂ ਆਪ ਜੀ ਨੂੰ ਇੰਟਰੋਡਿਊਸ ਵੀ ਕਰਵਾਉਣਾ ਸੀ, ਉਹ ਮੈਂ ਆਪੇ ਹੋ ਗਿਆ ਸੀ। ਮੈਂ ਉਹਦੀ ਚਿੰਤਾ ਘਟਾਉਣ ਲਈ ਕਿਹਾ, ਲਓ ਜੀ ਇਹ ਕਿਵੇਂ ਹੋ ਸਕਦਾ। ਉਹਨੇ ਭੇਦ ਦੀ ਗੱਲ ਦੱਸੀ, ਅਸੀਂ ਕਾਰਵਾਈ ਵੀ ਤਾਂ ਪਾਉਣੀ ਹੋਈ। ਅਤੇ ਫਿਰ ਉਹਨੇ ਹੌਲੇ ਜਿਹੇ ਪੁੱਛਿਆ, ਆਪ ਜੀ ਦਾ ਪੂਰਾ ਸ਼ੁਭ ਨਾਂ ਕੀ ਹੈ ਜੀ? ਨਾਵਾਂ 'ਚ ਹੁਣ ਕੀ ਦਮ ਰਹਿ ਗਿਆ ਜੀ? ਮੈਂ ਭੇਦ ਦੀ ਗੱਲ ਵਾਂਗ ਹੀ ਹੌਲੇ ਜਿਹੇ ਬੋਲਿਆ, ਕੁਛ ਵੀ ਕਹਿ ਦਿਓ ਚੱਲ ਜਾਏਗਾ, ਫਿਰ ਵੀ ਚਲੋ ਚੱਡਾ ਕਹਿ ਦਿਓ, ਪ੍ਰੋਫੈਸਰ ਚੱਡਾ। ਹੁਣ ਮੇਰੇ ਗੁਆਂਢੀਆਂ ਦੇ ਦਿਲਾਂ ਵਿੱਚ ਵੀ ਸੈਮੀਨਾਰ ਦੇ ਪ੍ਰਬੰਧਕਾਂ ਵਾਂਗ ਇਹੋ ਗੱਲ ਸੀ ਕਿ 7 ਦੇ 8, 8:15 ਤਾਂ ਹੋ ਹੀ ਜਾਂਦੇ ਨੇ, ਨਾਲੇ ਵਿਆਹ ਸ਼ਾਦੀਆਂ 'ਚ ਬਹੁਤੇ ਲੋਕਾਂ ਦਾ ਉਦੇਸ਼ ਸ਼ਗਨ ਦੇਣਾ, ਭੋਜਨ ਛਕਣਾ ਹੁੰਦਾ। ਪਹਿਲਾਂ ਜਾ ਕੇ ਕੀ ਕਰਨਾ ਹੁੰਦਾ? ਕਾਰਡ ਉੱਤੇ ਛਪੇ ਸਮੇਂ ਤੋਂ ਵੀ ਪਹਿਲਾਂ ਤੋਂ ਲੈ ਕੇ ਮੇਲਾ ਖਿੰਡਣ ਤੋਂ ਵੀ ਮਗਰੋਂ ਤੱਕ ਰੌਣਕ ਬਣਾਈ ਰੱਖਣਾ, ਘਰ ਵਾਲਿਆਂ ਦੋਸਤਾਂ ਮਿੱਤਰਾਂ ਅਤੇ ਸਕੇ ਸੰਬੰਧੀਆਂ ਦੀ ਤਾਂ ਭਲਾ ਮਜਬੂਰੀ ਹੁੰਦੀ ਹੈ। ਘਰ ਆ ਕੇ ਮੈਂ TV ਲਾ ਲਿਆ ਅਤੇ ਆਰਾਮ ਨਾਲ ਬੈਠ ਗਿਆ। ਅਜਿਹੇ ਸਮੇਂ ਹੋਰ ਕੋਈ ਕੰਮ ਤਾਂ ਕੀਤਾ ਨਹੀਂ ਜਾ ਸਕਦਾ, ਬਸ ਉਡੀਕ ਹੀ ਕੀਤੀ ਜਾ ਸਕਦੀ ਸੀ। ਕਾਲ ਦਾ ਵੀ ਕੋਈ ਫਾਇਦਾ ਨਹੀਂ ਸੀ, ਜਾਣਾ ਤਾਂ ਉਦੋਂ ਹੀ ਸੀ ਜਦੋਂ ਸ਼ਰਮਾ ਜੀ ਨੇ ਦੂਜਿਆਂ ਨੂੰ ਨਾਲ ਲੈ ਕੇ ਮੈਨੂੰ ਆਵਾਜ਼ ਦੇਣੀ ਸੀ। ਐਤਵਾਰ ਹੋਣ ਕਰਕੇ ਕੋਈ ਪੁਰਾਣੀ ਹਿੰਦੀ ਫਿਲਮ ਚੱਲ ਰਹੀ ਸੀ। ਸ਼ੇਖ ਮੁਖਤਾਰ ਆਪਣੇ ਮਹਾਂਮਾਨਵੀ ਕੱਦ ਨਾਲ ਪਰਦੇ ਉੱਤੇ ਛਾਇਆ ਹੋਇਆ ਸੀ। ਅੱਖਾਂ ਤੋਂ ਹੇਠਲਾ ਚਿਹਰਾ ਪੱਗ ਦੇ ਲੜ ਨਾਲ ਕੱਜ ਕੇ ਹਵਾ 'ਚ ਤਲਵਾਰ ਲਹਿਰਾਉਂਦਾ ਹੋਇਆ ਜਦੋਂ ਉਹ ਘੋੜਿਆਂ ਉੱਤੇ ਸਵਾਰ ਹੋ ਕੇ ਆਪਣੇ ਅਪਰਾਧੀ ਟੋਲੇ ਨਾਲ ਲੁੱਟ ਮਾਰ ਕਰਨ ਜਾਂਦਾ ਤਾਂ ਝੱਖੜ ਝੁੱਲ ਜਾਂਦਾ। ਉਹ ਲੱਤਾਂ ਚੌੜੀਆਂ ਕਰਕੇ ਢਾਕਾਂ 'ਤੇ ਹੱਥ ਰੱਖ ਕੇ ਖੜ੍ਹਾ ਹੁੰਦਾ ਤਾਂ ਦੈਂਤ ਦਾ ਦੈਂਤ ਲੱਗਦਾ। ਬਹੁਤ ਭੱਜ ਭਜਾਈ, ਮਾਰ ਕੁਟਾਈ, ਭੋਰਿਆਂ 'ਚ ਵੜਨ ਅਤੇ ਛੱਤਾਂ 'ਤੇ ਚੜ੍ਹਨ ਤੋਂ ਮਗਰੋਂ ਆਖਰ ਉਹ ਪੁਲਿਸ ਦੇ ਕਾਬੂ ਆਈ ਗਿਆ। ਅਤੇ ਜਦੋਂ ਜੱਜ ਨੇ ਬਾ ਮੁਸ਼ੱਕਤ ਸਜ਼ਾ ਸੁਣਾਈ, ਕਟਹਿਰੇ ਦੀ ਜਿਸ ਰੇਲਿੰਗ ਉੱਤੇ ਉਹਦੇ ਹੱਥ ਟਿਕੇ ਸੀ ਉਹ ਤੀਲਾਂ ਦੇ ਖਿਡੌਣੇ ਵਾਂਗ ਬਿਖਰ ਗਈ। ਉਹਦੀਆਂ ਨਾਸਾਂ ਫਰਕ ਰਹੀਆਂ ਸੀ ਅਤੇ ਜਬਾੜੇ ਬੁਰੀ ਤਰ੍ਹਾਂ ਕਸੇ ਸਨ। ਅਤੇ ਫਿਰ ਉਹ ਆਪਣੇ ਉਸ ਰੂਪ 'ਚ ਪਰਦੇ 'ਤੇ ਆਇਆ ਜੋ ਮੈਂ ਉਹਦੀਆਂ ਕਈ ਫਿਲਮਾਂ 'ਚ ਦੇਖਿਆ ਸੀ। ਗੋਡਿਆਂ ਤੋਂ ਹੇਠਾਂ ਤੱਕ ਲਟਕਦਾ ਖੁੱਲ੍ਹੇ ਪਹੁੰਚਿਆਂ ਵਾਲਾ ਡੋਕਲ ਕੱਛਾ ਅਤੇ ਅੱਧੀਆਂ ਬਾਹਾਂ ਦੀ ਉੱਚੀ ਜਿਹੀ ਝੱਗੀ,
ਜਿਹਦੀ ਇੱਕ ਉੱਤੇ ਇਸ ਫਿਲਮ 'ਚ 373 ਦਾ ਠੱਪਾ ਲੱਗਿਆ ਹੋਇਆ ਸੀ। ਅਨੇਕਾਂ ਫਿਲਮਾਂ 'ਚ ਅਜਿਹੇ ਕੱਪੜਿਆਂ ਵਾਲੇ ਕੈਦੀ ਦੇਖੇ ਹੋਏ ਹਨ। ਝੱਗੀ ਦੀ ਇੱਕ ਉੱਤੇ ਆਪਣੇ ਆਪਣੇ ਨੰਬਰ ਦਾ ਠੱਪਾ, ਕੈਦੀਆਂ ਤੋਂ ਭਾਂਤ ਭਾਂਤ ਦੀਆਂ ਮੁਸ਼ਕਤਾਂ ਕਰਵਾਈਆਂ ਜਾਂਦੀਆਂ, ਉਹਨਾਂ ਨੂੰ ਭਾਂਤ ਭਾਂਤ ਦੀਆਂ ਤਕਲੀਫਾਂ ਦਿੱਤੀਆਂ ਜਾਂਦੀਆਂ, ਉਹਨਾਂ ਦੀਆਂ ਭਾਂਤ ਭਾਂਤ ਦੀਆਂ ਨਿਰਾਦਰੀਆਂ ਕੀਤੀਆਂ ਜਾਂਦੀਆਂ। ਪਰ ਇਹ ਸਭ ਕੁਝ ਵਿੱਚੋਂ ਸਭ ਤੋਂ ਦੁਖਦਾਈ ਸ਼ਾਇਦ ਇਹ ਨੰਬਰ ਦਾ ਠੱਪਾ ਹੀ ਹੁੰਦਾ ਹੋਵੇਗਾ। ਕਹਿੰਦੇ ਹੈ ਮਨੁੱਖ ਨੂੰ ਦਿੱਤੇ ਜਾਣ ਵਾਲੇ ਤਸੀਹਾਂ ਦੇ ਨਵੇਂ ਨਵੇਂ ਅਤੇ ਪਹਿਲਾਂ ਨਾਲੋਂ ਵੱਧ ਭਿਅੰਕਰ ਢੰਗ ਲੱਭਣ ਵਾਸਤੇ ਮਨੁੱਖ ਨੇ ਖੋਜ ਸ਼ਾਲਾਵਾਂ ਖੋਲ੍ਹੀਆਂ ਹੋਈਆਂ। ਪਰ ਉਹ ਖੋਜਕਾਰ ਕਿੰਨਾ ਚਤਰ ਹੋਏਗਾ ਜਿਹਨੇ ਕੈਦੀਆਂ ਨੂੰ ਨੰਬਰ ਦਿੱਤੇ? ਚੰਗਾ ਭਲਾ ਹੱਡ ਮਾਸ ਦਾ ਜਿਉਂਦਾ ਜਾਗਦਾ ਆਦਮੀ ਇੱਕ ਨੰਬਰ ਬਣ ਕੇ ਰਹਿ ਜਾਂਦਾ, ਨਾਮ ਮਿਟ ਜਾਂਦਾ, ਨੰਬਰ ਦੀ ਹੋਂਦ ਦਾ ਚਿੰਨ ਹੋ ਨਿਬੜਦਾ। ਫਿਲਮ ਵਿੱਚ ਸ਼ੇਖ ਮੁਖਤਿਆਰ ਦਾ ਨਾਮ ਬਲਵਾਨ ਸਿੰਘ ਸੀ। ਇਹ ਨਾਂ ਘਰ ਵਾਲਿਆਂ ਨੇ ਉਹਦੇ ਖੁੱਲ੍ਹੇ ਹੱਡ ਪੈਰ ਵੇਖ ਕੇ ਰੱਖਿਆ ਹੋਏਗਾ ਅਤੇ ਅਪਰਾਧ ਦੀ ਦੁਨੀਆ 'ਚ ਪੈਰ ਰੱਖਣ ਮਗਰੋਂ ਗੁਰੂ ਬਣ ਗਿਆ ਸੀ। ਉਹਦੀ ਟੋਲੀ ਦੇ ਸਾਰੇ ਲਫੰਗੇ, ਚਾਕੂਬਾਜ਼, ਚੋਰ, ਉਚੱਕੇ, ਲੁਟੇਰੇ ਅਤੇ ਜੇਬ ਕਤਰੇ ਗੁਰੂ ਗੁਰੂ ਕਹਿੰਦੇ ਉਹਦੇ ਅੱਗੇ ਪਿੱਛੇ ਫਿਰਦੇ ਸਨ। ਪਰ ਹੁਣ ਉਹ ਨਾ ਬਲਵਾਨ ਸਿੰਘ ਸੀ ਨਾ ਗੁਰੂ, ਬਸ 373 ਸੀ। ਮੋਟੇ ਬੇਢਬੇ ਕੱਪੜੇ ਉੱਤੇ ਕਾਲੀ ਸਿਆਹੀ ਨਾਲ ਮੋਟਾ ਮੋਟਾ ਲਿਖਿਆ ਹੋਇਆ 373, ਕੇਵਲ ਇੱਕ ਨੰਬਰ ਜੋ ਇਹ ਤੋਂ ਪਹਿਲਾਂ ਕਿਸੇ ਹੋਰ ਕੈਦੀ ਦੀ ਹਿੱਕ 'ਤੇ ਲੱਗਿਆ ਰਿਹਾ ਹੋਵੇਗਾ ਅਤੇ ਇਹ ਤੋਂ ਮਗਰੋਂ ਇੰਨੀ ਸਹਿਜਤਾ ਨਾਲ ਕਿਸੇ ਹੋਰ ਦੀ ਹਿੱਕ 'ਤੇ ਲੱਗ ਜਾਏਗਾ। ਬਹੁਤ ਦਿਲਚਸਪ ਦ੍ਰਿਸ਼ ਸੀ। ਇੱਕ ਅਧਿਕਾਰੀ ਕਤਾਰ 'ਚ ਖਲੋਤੇ ਕੈਦੀਆਂ ਦਾ ਮੁਆਇਨਾ ਕਰ ਰਿਹਾ ਸੀ। ਜਿਸ ਕੈਦੀ ਨੂੰ ਕੁਝ ਕਹਿਣਾ ਜਾਂ ਪੁੱਛਣਾ ਹੁੰਦਾ ਉਹ ਸੱਜੇ ਹੱਥ 'ਚ ਫੜੇ ਰੂਲ ਦਾ ਸਿਰਾ ਉਹਦੀ ਨੰਬਰ ਵਾਲੀ ਥਾਂ 'ਤੇ ਰੱਖਦਾ ਅਤੇ ਆਖਦਾ, ਤੂੰ ਨੰਬਰ ਇੰਨੇ ਸੌ ਇੰਨੇ ਗੁੰਡੇ ਬਦਮਾਸ਼ ਤੋਂ ਬੰਦੇ ਦਾ ਪੁੱਤਰ ਬਣਿਆ ਕਿ ਨਹੀਂ? ਬਲਵਾਨ ਉਰਫ ਗੁਰੂ ਕੋਲ ਪੁੱਜਿਆ ਤਾਂ ਉਹਨੇ ਰੂਲ ਦੀ ਹੁੱਜ ਅੰਕ 7 'ਤੇ ਰੱਖ ਕੇ ਕੁਛ ਵਧੇਰੇ ਜ਼ੋਰ ਨਾਲ ਦੱਬੀ ਅਤੇ ਬੋਲਿਆ, ਕਿਉਂ ਬਈ 373 ਪੋਸਟ ਟਿਕਾਣੇ ਆਈ ਕਿ ਅਜੇ ਕੁਛ ਟਾਈਮ ਬਾਕੀ ਹੈ? ਜਦੋਂ ਬਾਹਰ ਜਾਏਗਾ ਤੇਰੇ ਸਾਰੇ ਵਾਲ ਕੱਢ ਕੇ ਭੇਜਾਂਗਾ, ਇਹ ਮੇਰਾ ਵਾਅਦਾ ਰਿਹਾ। ਅਧਿਕਾਰੀ ਨੂੰ ਇੱਕ ਇੱਕ ਕੈਦੀ ਕਰਕੇ ਨੇੜੇ ਆਉਂਦਾ ਅਤੇ ਹਰੇਕ ਕੈਦੀ ਲਈ ਬੁਰਾ ਭਲਾ ਬੋਲਦਾ ਦੇਖ ਕੇ 373 ਦੇ ਜਬਾੜੇ ਪਹਿਲਾਂ ਹੀ ਤਣਦੇ ਗਏ ਸੀ। ਇਹ ਸਵਾਲ ਸੁਣ ਕੇ ਉਹ ਸ਼ਿਕੰਜੇ ਵਾਂਗ ਕੱਸੇ ਗਏ। ਉਹਦੀਆਂ ਨਾਸਾਂ ਤੇਜ਼ੀ ਨਾਲ ਫਰਕਣ ਲੱਗੀਆਂ। ਫਿਰ ਅਚਾਨਕ ਉਹਨੇ ਪੂਰੇ ਜ਼ੋਰ ਨਾਲ ਥੂ ਕਹਿੰਦੇ ਅਧਿਕਾਰੀ 'ਤੇ ਥੁੱਕ ਦਿੱਤਾ। ਅਧਿਕਾਰੀ ਦੇ ਪਿੱਛੇ ਪਿੱਛੇ ਆ ਰਹੇ ਉਹਦੇ ਮਾਤਹਿਤ ਅੱਖ ਪਲਕਾਰੇ 'ਚ 373 'ਤੇ ਇਲਾਂ ਵਾਂਗ ਝਪਟ ਪਏ। ਇਸ ਗਲਤ ਮੌਕੇ ਟੈਲੀਫੋਨ ਦੀ ਘੰਟੀ ਵੱਜ ਪਈ। ਕੋਈ ਔਰਤ ਪੁੱਛ ਰਹੀ ਸੀ, ਪੁਸ਼ਪ ਐਨਕਲੇਵ ਤੋਂ ਬੋਲ ਰਹੇ ਹੋ? ਮੇਰੇ ਹਾਂ ਕਹਿਣ 'ਤੇ ਉਹ ਬੋਲੀ, ਜੀ ਇੱਕ ਜ਼ਰੂਰੀ ਕੰਮ ਹੈ, ਸਾਹਮਣੇ ਘਰੋਂ ਸ਼ਾਲੂ ਦੀ ਮੰਮੀ ਨੂੰ ਬੁਲਾ ਦਿਓ। ਸ਼ਾਲੂ ਦੀ ਮੰਮੀ ਨੂੰ ਬੁਲਾ ਤਾਂ ਦਿੰਦਾ ਜੀ, ਪਰ ਤੁਹਾਨੂੰ ਨਹੀਂ ਪਤਾ ਉਸ ਵਿਚਾਰੀ ਦਾ ਆਪਣਾ ਵੀ ਇੱਕ ਨਾਂ ਹੈ, ਊਸ਼ਾ। ਖੈਰ ਇੱਕ ਮਿੰਟ ਹੋਲਡ ਕਰੋ, ਮੈਂ ਹੱਸ ਕੇ ਕਿਹਾ। ਉਹ ਵੀ ਕੱਚੀ ਜੀ ਹੋ ਕੇ ਹੱਸ ਪਈ। ਮਿਹਰਬਾਨੀ ਜੀ, ਪਰ ਅਸਲ 'ਚ ਵੱਡਿਆਂ ਦੇ, ਖਾਸ ਕਰਕੇ ਜਨਾਨੀਆਂ ਦੇ ਨਾਂ ਅੱਜ ਕੱਲ੍ਹ ਕੋਈ ਗਲੀ ਮਹੱਲੇ ਵਾਲਾ ਜਾਣਦਾ ਹੀ ਨਹੀਂ। ਆਪਣੇ ਬੱਚਿਆਂ ਨਾਲ ਖੇਡਦੇ ਜਾਂ ਪੜ੍ਹਦੇ ਬੱਚਿਆਂ ਦੇ ਨਾਂ ਹੀ ਸਭ ਜਾਣਦੇ ਹੁੰਦੇ ਨੇ ਅਤੇ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਮੰਮੀ ਪਾਪਾ ਆ ਕੇ ਹੀ ਕੰਮ ਸਾਰ ਲੈਂਦੇ ਨੇ। ਸ਼ਾਲੂ ਦੀ ਮੰਮੀ ਦੀ ਫੋਨ ਵਾਲੀ ਸਹੇਲੀ ਜਾਂ ਰਿਸ਼ਤੇਦਾਰ ਕਹਿ ਤਾਂ ਸੱਚ ਹੀ ਰਹੀ ਸੀ, ਘਰ ਦੇ ਨਾਂ ਤਾਂ ਉਹਨਾਂ ਵਿੱਚ ਵਸਦੇ ਬੰਦਿਆਂ ਦੇ ਨਾਵਾਂ ਨਾਲ ਹੁੰਦੇ ਹਨ। ਜਦੋਂ ਬੰਦਿਆਂ ਦੀ ਪਛਾਣ ਨਹੀਂ, ਘਰ ਦੀ ਪਛਾਣ ਕਿੱਥੇ? ਘਰ ਦੀ ਥਾਂ ਮਕਾਨ ਹਨ ਅਤੇ ਮਕਾਨਾਂ ਦੇ ਨਾਂ ਨਹੀਂ ਹੁੰਦੇ, ਨੰਬਰ ਹੁੰਦੇ ਆ। 35 ਨੰਬਰ ਵਾਲਾ ਬਿਮਾਰ ਹੈ, ਅਗਲੇ ਮਹੀਨੇ 72 ਨੰਬਰ ਵਾਲਿਆਂ ਦੀ ਕੁੜੀ ਦਾ ਵਿਆਹ ਹੈ, ਅਮਕੇ ਨੰਬਰ ਵਾਲੀ ਕਰੋਲ ਬਾਗ ਤੋਂ ਨਵੀਆਂ ਸਾੜੀਆਂ ਲੈ ਕੇ ਆਈ ਹੈ, ਧਮਕੇ ਨੰਬਰ ਵਾਲੀ ਨੇ ਨਵੀਂ ਕਾਰ ਖਰੀਦੀ ਹੈ। ਅਤੇ ਜੇ ਮਕਾਨਾਂ ਦੇ ਨੰਬਰਾਂ ਦੀ ਥਾਂ ਉਹਨਾਂ 'ਚ ਵਸਣ ਵਾਲਿਆਂ ਦੇ ਨਾਂ ਲਏ ਜਾਂਦੇ ਹਨ, ਉਹ ਵੀ ਅਜੀਬ ਢੰਗ ਨਾਲ ਲਏ ਜਾਂਦੇ ਹਨ। ਅਸਲ ਨਾਂ ਤਾਂ ਕਿਸੇ ਦਾ ਕੋਈ ਦੂਜਾ ਘੱਟ ਵੱਧ ਹੀ ਜਾਣਦਾ। ਹਾਂ, ਪੁਰਸ਼ਾਂ ਨੂੰ ਘੱਟੋ ਘੱਟ ਗੋਤ ਜਾਤ ਨਾਲ ਤਾਂ ਬੁਲਾ ਹੀ ਲਿਆ ਜਾਂਦਾ, ਸ਼ਰਮਾ ਵਰਮਾ, ਛਾਬੜਾ, ਕੋਹਲੀ, ਪੁਰੀ, ਭਾਟੀਆ। ਪਰ ਇਸਤਰੀਆਂ ਵਿਚਾਰੀਆਂ ਦੀ ਤਾਂ ਇਸ ਪੱਖੋਂ ਵੀ ਹਾਸੋਹੀਣੀ ਹਾਲਤ ਹੈ। ਮੂੰਹ ਉੱਤੇ ਤਾਂ ਉਹਨਾਂ ਨੂੰ ਮਿਸਿਸ ਸ਼ਰਮਾ, ਮਿਸਿਸ ਵਰਮਾ, ਮਿਸਿਸ ਛਾਬੜਾ, ਮਿਸਿਸ ਕੋਹਲੀ, ਮਿਸਿਸ ਪੁਰੀ, ਮਿਸਿਸ ਭਾਟੀਆ ਆਦਿ ਕਹਿ ਲਿਆ ਜਾਂਦਾ, ਪਿੱਠ ਪਿੱਛੇ ਹੋਰ ਹੀ ਨਾਂ ਲਏ ਜਾਂਦੇ ਆ। ਕਲੋਨੀ 'ਚ ਬਹੁਤੇ ਪੰਜਾਬੀ ਵਸਦੇ ਆ, ਸੋ ਪੰਜਾਬੀਆਂ ਵਾਲੇ ਤਰੀਕੇ ਨਾਲ ਹੀ ਉਹਨਾਂ ਦੇ ਨਾਵਾਂ ਨੇ ਇਸਤਰੀ ਲਿੰਗ ਬਣਾਏ ਹੋਏ ਆ। ਇਸਤਰੀਆਂ ਵੀ ਇਸਤਰੀਆਂ ਦੇ ਨਾਂ ਇਸੇ ਪ੍ਰਕਾਰ ਲੈਂਦੀਆਂ, ਸ਼ਰਮੇ ਦੀ ਸ਼ਰਮੀ, ਵਰਮੇ ਦੀ ਵਰਮੀ, ਛਾਬੜੇ ਦੀ ਛਾਬੜੀ, ਹੋਰ ਤਾਂ ਹੋਰ ਕੋਹਲੀ ਦੀ ਕੋਹਲਣ। ਹਾਂ, ਪੁਰੀ, ਭਾਟੀਆ ਆਦਿ ਵਰਗੇ ਨਾਵਾਂ ਦਾ ਜ਼ਰੂਰ ਝੰਝਟ ਹੈ, ਜਿਨ੍ਹਾਂ ਦੇ ਸੌਖੇ ਇਸਤਰੀ ਲਿੰਗ ਨਹੀਂ ਬਣਦੇ। ਅਜਿਹੀਆਂ ਸੂਰਤਾਂ 'ਚ ਵੱਖਰਾ ਰਾਹ ਫੜਿਆ। ਜੇ ਕੋਈ ਜਨਾਨੀ ਮੋਟੀ ਹੈ ਉਹਦਾ ਨਾਂ ਟੁੰਟਨ, ਜੇ ਕੋਈ ਨਖਰੇਲੋ ਹੈ ਤਾਂ ਰੇਖਾ, ਜੇ ਕਿਸੇ ਦਾ ਰੰਗ ਪੱਕਾ ਹੈ ਤਾਂ ਕਾਲੀ ਮਿਰਚ, ਜੇ ਕਿਸੇ ਦਾ ਕੱਦ ਛੋਟਾ ਤਾਂ ਗਿੱਠੀ। ਊਸ਼ਾ ਸਿਰਫ ਸ਼ਾਲੂ ਦੀ ਮੰਮੀ ਨੂੰ ਸੁਨੇਹਾ ਦੇ ਕੇ ਪਰਤਿਆ ਤਾਂ ਟੀਵੀ ਉੱਤੇ ਦ੍ਰਿਸ਼ ਬਦਲ ਚੁੱਕਿਆ ਸੀ।
ਕੈਦੀ ਨੰਬਰ 373 ਨਾਲ ਜੋ ਬੀਤਣੀ ਸੀ ਬੀਤ ਗਈ ਸੀ। ਹੁਣ ਮੁਸ਼ੱਕਤੀਏ ਰੋਜ਼ ਵਾਂਗ ਪਥਰੀਲੀ ਧਰਤੀ ਤੋੜ ਰਹੇ ਸਨ। ਹਾਂ, ਅੱਜ 373 ਦੇ ਪੈਰਾਂ 'ਚ ਬੇੜੀਆਂ ਪਈਆਂ ਸਨ ਅਤੇ ਉਹਨੇ ਇਸੇ ਹਾਲ ਮੁਸ਼ੱਕਤ ਕਰਨੀ ਸੀ। ਸ਼ਾਇਦ ਇਹ ਅਧਿਕਾਰੀ 'ਤੇ ਥੁੱਕਣ ਦੀ ਸਜ਼ਾ ਸੀ। ਸ਼ਾਲੂ ਦੀ ਮੰਮੀ ਫੋਨ ਚੁੱਕਣ ਤੋਂ ਪਹਿਲਾਂ ਬੋਲੀ, ਭੈਣ ਜੀ ਨਹੀਂ ਦਿਸਦੇ, ਭਾਈ ਸਾਹਿਬ ਚਲੇ ਗਏ ਨੇ ਵਿਆਹ ਵਾਲਿਆਂ ਦੇ। ਮੈਂ ਟੀ ਵੀ ਦੇਖਦਿਆਂ ਸੰਖੇ ਪੁੱਤਰ ਦੇ ਕੇ ਸਾਰਿਆ, ਹਾਂ ਥੋੜ੍ਹੀ ਦੇਰ ਪਹਿਲਾਂ ਮਿਸਿਸ ਸ਼ਰਮਾ ਵਗੈਰਾ ਨਾਲ ਚਲੀ ਗਈ। ਹੋਰ ਸਾਰੇ ਕੈਦੀਆਂ ਦੀਆਂ ਗਿਣਤੀਆਂ ਅਤੇ ਸੱਬਲਾਂ ਪਥਰੀਲੀ ਧਰਤੀ ਉੱਤੇ ਸੁਨਿਆਰ ਦੀ ਹਥੌੜੀ ਵਾਂਗ ਠੱਕ ਠੱਕ ਵੱਜਦੀਆਂ, ਪਰ ਕੈਦੀ ਨੰਬਰ 373 ਲੁਹਾਰ ਦੇ ਵਦਾਨ ਵਾਂਗ ਵਾਰ ਕਰਦਾ। ਉਸ ਸੱਬਲ ਦੀ ਨੋਕ ਧਰਤੀ ਦੀ ਹਿੱਕ 'ਚ ਇਉਂ ਖੋਭਦਾ ਜਿਵੇਂ ਲੁੱਟਮਾਰ ਸਮੇਂ ਰਾਹ ਰੋਕਣ ਵਾਲੇ ਦੀ ਹਿੱਕ 'ਚ ਉਹਦੀ ਤਲਵਾਰ ਖੁੱਭ ਜਾਂਦੀ ਸੀ। ਉਹਦੇ ਵਾਰ ਹੇਠ ਪੱਥਰ ਉੱਤੇ ਤਰੇੜਾਂ ਰੋੜਾ ਲੱਗੇ ਸ਼ੀਸ਼ੇ ਵਾਂਗ ਫੈਲ ਜਾਂਦੀਆਂ। ਬਾਕੀ ਕੈਦੀ ਤੋੜੇ ਪੱਥਰ ਨੂੰ ਰੇੜ ਕੇ ਧੱਕ ਕੇ ਇੱਕ ਪਾਸੇ ਹਟਾਉਂਦੇ, ਪਰ 373 ਖਿੱਦੋ ਵਾਂਗ ਭਰਾ ਵਗਾ ਮਾਰਦਾ। ਚੱਕੀ ਪੀਣ ਦਾ ਸਮਾਂ ਆਉਂਦਾ ਤਾਂ ਬਾਕੀ ਕੈਦੀ ਹਾਲੋਂ ਬੇਹਾਲ ਹੋ ਕੇ ਹੱਥੀ ਫੇਰਦੇ ਅਤੇ 373 ਦੇ ਹੱਥ ਲਾਇਆ ਬੋਝਲ ਪੁੜ ਘਰ ਘਰ ਖੇਡਦੀਆਂ ਕੁੜੀਆਂ ਦੀ ਝੂਠੀ ਮੂਠੀ ਦੀ ਚੱਕੀ ਵਾਂਗ ਘੁੰਮਣ ਲੱਗਦੇ। ਪਰ ਪੱਥਰ ਤੋੜਨ ਜਾਂ ਚੱਕੀ ਫੇਰਨ ਨਾਲੋਂ ਕਿੰਨਾ ਵੱਧ ਦੁਖਦਾਈ ਹੋਏਗਾ ਇਹ 373 ਦਾ ਠੱਪਾ। ਬਲਵਾਨ ਨਾਂ ਅਤੇ ਗੁਰੂ ਸੰਬੋਧਨ ਵਾਲਾ ਇਹ ਲੰਮਾ ਚੌੜਾ ਮਨੁੱਖ ਆਪਣੀ ਸਮੁੱਚੀ ਹਸਤੀ ਦੋ ਤਿੱਕਿਆਂ 'ਤੇ ਇੱਕ ਸਾਤੇ 'ਚ ਸਿਮਟੀ ਦੇਖ ਕੇ ਕਿਵੇਂ ਛੋਟਾ ਛੋਟਾ ਤੁੱਛ ਜਿਹਾ ਮਹਿਸੂਸ ਕਰਦਾ ਹੋਏਗਾ। ਬਾਕੀ ਕੈਦੀਆਂ ਦੇ ਉਲਟੋ ਅਧਿਕਾਰੀਆਂ ਨੰਬਰਦਾਰਾਂ ਅਤੇ ਵਾਰਡਰਾਂ ਦੀਆਂ ਗੱਲਾਂ ਦੇ ਜਵਾਬ 'ਚ ਹਕਾਰਤ ਨਾਲ ਹੂੰ ਆਖਦਾ ਅਤੇ ਨਫ਼ਰਤ ਨਾਲ ਮੂੰਹ ਲਾਂਭੇ ਕਰਕੇ ਥੁੱਕਦਾ। ਰੋਟੀਆਂ ਇਉਂ ਪਾੜਦਾ ਜਿਵੇਂ ਵੈਰੀ ਨੂੰ ਕੱਚਾ ਖਾ ਰਿਹਾ ਹੋਵੇ, ਪਰ ਬੁਲਾਏ ਜਾਣ ਉੱਤੇ ਹੋਰ ਕੈਦੀਆਂ ਵਾਂਗ ਆਪਣੇ ਨੰਬਰ ਦੇ ਜਵਾਬ 'ਚ ਕੁੜੱਤਣ ਨਾਲ ਹੀ ਸਹੀ ਠੱਪੇ ਦੇ ਪ੍ਰਭਾਵ ਅਧੀਨ ਹੁੰਗਾਰਾ ਉਹ ਵੀ ਸੁੱਤੇ ਸੇ ਦੀ ਭਰ ਦਿੰਦਾ। ਧੰਨਵਾਦ, ਚੱਲਦਾ।